ਕੈਨੇਡਾ ਦੇ ਇੱਕ ਹੋਰ ਸੂਬੇ ਤੋਂ ਵੱਡੀ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਅਤੇ ਇਸ ਤੋਂ ਪਹਿਲਾਂ ਕੀ ਸੀ ਅਪਡੇਟ ਦੇ ਵੱਲ ਅੱਗੇ ਵਧੀਏ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ April ਮਹੀਨੇ ਦੇ ਲਈ ਪਹਿਲਾ ਐਕਸਪ੍ਰੈਸ ਐਂਟਰੀ ਡਰਾ 12 April 2023 ਨੂੰ ਐਲਾਨਿਆ ਗਿਆ ਸੀ ਅਤੇ ਇਸ ਐਕਸਪ੍ਰੈਸ ਐਂਟਰੀ ਡਰਾ ਦੇ ਅਧੀਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁੱਲ 3500 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਸਨ ਕਿ ਉਹ ਕੈਨੇਡਾ ਦੀ ਪੀਆਰ ਲਈ ਅਪਲਾਈ ਕਰਨ ਅਤੇ ਇਸਟਰਾ ਦੇ ਵਿੱਚ ਸੀਆਰਐਸ ਕੋਡ 48688 ਅਤੇ ਹੁਣ ਜੋ ਕੈਨੇਡਾ ਤੋਂ ਨਵੀਂ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਉਹ ਅਪਡੇਟ ਹੈ ਕੈਨੇਡਾ ਦੇ ਸੂਬੇ ਸਸਕੈਚੂਨ ਤੋਂ ਜੀ ਹਾਂ ਕੈਨੇਡਾ ਦੇ ਸੂਬੇ ਸਸਕੈਚੂਨ ਦੇ ਵੱਲੋਂ April ਮਹੀਨੇ ਦਾ ਪਹਿਲਾ ਪੀਐਨਪੀ ਡਰਾਅ 20 April ਨੂੰ ਕੱਢਿਆ ਗਿਆ ਹੈ ਅਤੇ ਸਸਕੈਚੂਨ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਇਸ਼ੂ ਕੀਤੇ ਗਏ ਹਨ ਅਤੇ ਇਹ 20 April ਨੂੰ ਸਸਕੈਚੂਨ ਦੇ ਵੱਲੋਂ ਕੱਢੇ ਗਏ ਨਵੇਂ ਪੀਐਨਪੀ ਡਰਾਅ ਦੇ ਵਿੱਚ ਕੁੱਲ 1067 ਇਮੀਗ੍ਰੇਸ਼ਨ ਕੈਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ ਇਸ ਡਰਾ ਦੇ ਵਿੱਚ ਓਕੂਪੇਸ਼ਨਸ ਇਨ ਡਿਮਾਂਡ ਕੈਟਾਗਰੀ ਜਿਸ ਦੇ ਅਧੀਨ 444 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਅਤੇ ਇਸ ਦੇ ਲਈ ਸਕੋਰ 69 ਰਿਹਾ ਅਤੇ ਐਕਸਪ੍ਰੈਸ ਐਂਟਰੀ ਕੈਟਾਗਰੀ ਦੇ ਅਧੀਨ ਵੀ 623 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚ ਸਕੋਰ 69 ਰਿਹਾ ਅਤੇ 20 April ਨੂੰ ਨਵੇਂ PNP ਡਰਾ ਦੇ ਵਿੱਚ ਕੁੱਲ 1067 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸਰਦੇ ਭੇਜੇ ਗਏ ਹਨ ਕਿ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਅਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੂੰ ਇਸ ਨਵੇਂ ਡਰਾ ਦੇ ਅਧੀਨ ਇਨਵੀਟੇਸ਼ਨ ਮਿਲਿਆ ਹੈ ਅਤੇ ਜੇਕਰ ਤੁਹਾਨੂੰ ਵੀ ਇਸ ਨਵੇਂ ਡਰਾ ਦੇ ਅਧੀਨ ਇਨਵੀਟੇਸ਼ਨ ਪ੍ਰਾਪਤ ਹੋਇਆ ਹੈ ਤਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਅਤੇ ਜੇਕਰ ਤੁਸੀਂ ਹਾਲੇ ਤੱਕ ਡਰਾ ਦੇ ਅਧੀਨ ਇਨਵੀਟੇਸ਼ਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਆਪਣੀ ਰਾਏ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਬਰਲਪੋਰਟ ਖਬਰ ਪੰਜਾਬੀ